ਜੇਕਰ ਭਾਈ ਅੰਮ੍ਰਿਤਪਾਲ ਸਿੰਘ MP ਬਣ ਜਾਂਦੇ ਨੇ ਉਹ ਕਿਹੜੇ ਮੁੱਦੇ ਚੁੱਕਣਗੇ? ਜਿਵੇਂ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹ ਖਾਲਿਸਤਾਨ ਦੇ ਨਾਲ ਨਾਲ ਹੋਰ ਕਿਹੜੇ ਮੁੱਦੇ ਚੁੱਕਣਗੇ? ਦੇਖੋ, ਜੋ ਕੌਮੀ ਘਰ ਖਾਲਿਸਤਾਨ ਦੀ ਗੱਲ ਹੈ ਉਸਦੇ ਬਾਰੇ ਤਾਂ ਮੈਨੂੰ ਲੱਗਦਾ ਹੈ ਹਰੇਕ ਜੋ ਪੰਜਾਬ ਦੇ ਵਿੱਚ ਵਸਿੱਧਾ ਹੈ ਉਸਦੇ ਮਨ ਦੇ ਵਿੱਚ ਇਹ ਗੱਲ ਕਰ ਚੁੱਕੀ ਹੈ ਵੀ ਸਾਡੇ ਨਾਲ ਵਿਤਕਰਾ ਹੁੰਦਾ ਹੈ, ਇੱਥੇ ਰਹਿ ਕੇ ਸਾਡੀ ਬਾਹਲੀ ਉੱਨਤੀ ਨਹੀਂ ਹੋ ਸਕਦੀ। ਪਰ ਜੋ ਉਹ ਇੱਕ ਜੋ ਇੱਕ ਐਂਡ ਵਾਲਾ ਨਿਸ਼ਾਨਾ ਤਾਂ ਹਮੇਸ਼ਾ ਮੇਰੇ ਹਿਸਾਬ ਨਾਲ ਸਿੱਖ ਕੌਮ ਦਾ ਰਹੇਗਾ। ਕੋਈ ਵੀ ਸਿੱਖ ਜਾਂ ਹੋਰ ਕੋਈ ਪੰਜਾਬੀ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦਾ। ਪਰ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਦੇਖੋ ਹਰੇਕ ਚੀਜ਼ ਦੇ ਵੱਲ ਆਪਾਂ ਸਟੈਪ ਬਾਈ ਸਟੈਪ ਜਾ ਸਕਦੇ। ਆਪਾਂ ਕਹੀਏ ਵੀ ਜੇ ਤੁਸੀਂ ਕਿਤੇ 10ਵੀਂ ਮੰਜ਼ਿਲ 'ਤੇ ਜਾਣਾ ਹੋਵੇ ਆਪਾਂ ਉੱਡ ਕੇ ਤਾਂ ਜਾ ਨਹੀਂ ਸਕਦੇ, ਪੌੜੀਆਂ ਚੜ੍ਹ ਕੇ ਕਿੰਨੇ ਸਟੈਪ ਚੜ੍ਹ ਕੇ ਜਾਣਾ ਪੈਂਦਾ, 100 ਪੌੜੀ ਚੜ੍ਹ ਕੇ ਮੇਰੇ ਹਿਸਾਬ ਨਾਲ 10ਵੀਂ ਮੰਜ਼ਿਲ 'ਤੇ ਪਹੁੰਚਿਆ ਜਾਂਦਾ ਹੈ ਨਾ ਜੀ। ਤਾਂ ਉਹਦੇ ਲਈ ਪੰਜਾਬ ਦੇ ਬੜੇ ਜ਼ਿਆਦਾ ਮੁੱਦੇ, ਪੰਜਾਬ ਦੇ ਵਿੱਚ ਪਹਿਲਾ ਮੁੱਦਾ ਤਾਂ ਇਹੋ ਹੈ ਵੀ ਇੱਥੇ ਕੋਈ ਪਾਰਟੀ ਨਹੀਂ ਹੈ, ਇੱਥੇ ਕੋਈ ਖੇਤਰੀ ਪਾਰਟੀ ਨਹੀਂ ਹੈ, ਕੋਈ ਪੰਥਕ ਧਿਰ ਨਹੀਂ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਜੋ ਸੈਂਟਰ ਤੱਕ ਗੱਲ ਪਹੁੰਚਾ ਸਕੇ ਵੀ ਅਸੀਂ ਚਾਹੁੰਦੇ ਕੀ। ਸਾਡੇ ਜਿਹੜੇ ਇੱਥੇ ਪੰਜਾਬ ਦੇ ਹਿੰਦੂ ਨੇ ਉਹ ਕੀ ਚਾਹੁੰਦੇ ਨੇ, ਪੰਜਾਬ ਦੇ ਮੁਸਲਮਾਨ ਕੀ ਚਾਹੁੰਦੇ ਨੇ, ਪੰਜਾਬ ਦੇ ਸਿੱਖ ਕੀ ਚਾਹੁੰਦੇ ਨੇ। ਅਸੀਂ ਤੁਹਾਡੀ ਇਹ ਜਿਹੜੀ ਹੈਗੀ ਹੈ ਕੱਟੜਤਾ ਵਾਲੀ ਫਿਲੋਸਫੀ ਨਾਲ ਜੋ ਭਾਜਪਾ ਸਾਰਤ ਸਰਕਾਰ ਫੈਲਾ ਰਹੀ ਹੈ ਇਸ ਨਾਲ ਅਸੀਂ ਰਿਲੇਟ ਨਹੀਂ ਕਰਦੇ। ਇਹ ਮੁੱਦੇ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ, ਪੰਜਾਬ ਦੇ ਵਿੱਚੋਂ ਜੋ ਮੈਂ ਕਹੂੰਗਾ ਹਿਜਰਤ ਕਰਕੇ ਜਿਹੜੇ ਨੌਜਵਾਨ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਬਾਹਰ ਜਾ ਰਹੇ, ਬਾਹਰੋਂ ਪ੍ਰਵਾਸੀ ਪੰਜਾਬ 'ਚ ਆ ਰਹੇ ਨੇ, ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ। ਜੋ ਜੋ ਸਿੱਖ ਕੌਮ ਦੇ ਲਈ ਹੋਣ ਦੀ ਲੜਾਈ ਹੈ ਵੀ ਜੇ ਆਈ ਡੈਮੋਗ੍ਰਾਫੀ ਬਦਲ ਗਈ ਤਾਂ ਕੱਲ੍ਹ ਨੂੰ ਅਸੀਂ ਅੱਗੇ ਕਿਵੇਂ ਆਵਾਂਗੇ। ਪੰਜਾਬ ਦੇ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਜਿੱਥੇ ਆਪਾਂ ਬੈਠੇ ਹਾਂ ਉਹਦਾ ਮੁੱਦਾ, ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਮੁੱਦਾ। ਜੋ ਇਹ ਡਬਲ ਇੰਜਨ ਦੀ ਸਰਕਾਰ ਕਹਿੰਦੇ ਨੇ, ਇਹ ਸਰਕਾਰ ਤਾਂ ਪੰਜਾਬ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ। ਇਹ ਤਾਂ ਚਾਹੁੰਦੇ ਨੇ ਵੀ ਡਬਲ ਇੰਜਨ ਦੀ ਸਰਕਾਰ ਆਵੇ, ਪੰਜਾਬ 'ਚ ਭਾਜਪਾ ਆਵੇ, ਅਸੀਂ ਖੇਤੀ ਕਾਨੂੰਨ ਪਾਸ ਕਰਕੇ ਅਤੇ ਇੱਥੇ ਅਸੀਂ ਜਿਹੜਾ ਸਾਰਾ ਖੇਤੀ ਖੋਲੀਏ। ਕਿਉਂਕਿ ਪੰਜਾਬ ਇੱਕ ਫੂਡ ਬਾਸਕਿਟ ਹੈ ਵਰਲਡ ਦੇ ਲਈ। ਆਪਾਂ ਪੰਜਾਬੀਆਂ ਨੂੰ ਨਹੀਂ ਟੈਨਸ਼ਨ ਵੀ ਸਾਡਾ ਪਾਣੀ ਥੱਲੇ ਜਾ ਰਿਹਾ, ਪਰ ਜਪਾਨ ਨੂੰ ਟੈਨਸ਼ਨ ਹੈ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਰੋਟੀ ਪੰਜਾਬ ਦੇ ਸਿਰ ਤੋਂ ਪੱਕਦੀ। ਤਾਂ ਇਹ ਪੰਜਾਬ ਦੇ ਮੁੱਦੇ। ਜੇ ਇੱਥੇ ਕੋਈ ਨੈਸ਼ਨਲਿਸਟ ਪਾਰਟੀ ਆਊਗੀ ਤਾਂ ਮੇਰੇ ਹਿਸਾਬ ਨਾਲ ਜੇ ਕਿਤੇ 2020 ਦੇ ਕਾਨੂੰਨ ਦੇ ਸਮੇਂ, ਕਿਸਾਨੀ ਅੰਦੋਲਨ ਦੇ ਸਮੇਂ ਜੇ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਦੇ ਕਿਸਾਨੀ ਅੰਦੋਲਨ ਲੱਗੀ ਨਹੀਂ ਸੀ ਵੱਧ ਸਕਣਾ। ਜੇ ਕੋਈ ਹੋਰ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਰਗੀ ਸਰਕਾਰ ਆਊਗੀ ਤਾਂ ਉਹਨਾਂ ਨੇ ਪੰਜਾਬ ਨੂੰ ਲੁੱਟਣਾ, ਪੰਜਾਬ ਦੇ ਰਿਸੋਰਸਿਸ ਨੂੰ, ਪੰਜਾਬ ਦੇ ਪੈਸੇ ਨੂੰ, ਪੰਜਾਬ ਦੇ ਜਿਹੜਾ ਵੀ ਸਰਮਾਇਆ ਹੈ ਉਹਨੂੰ ਆਪਦੀ ਦਿੱਲੀ ਦੇ ਵਿੱਚ ਅਤੇ ਹੋਰ ਰਾਜਾਂ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੰਜਾਬ ਦਾ ਤੇਲ ਹੋਣਾ, ਪੰਜਾਬ ਦਾ ਹੈਲੀਕਾਪਟਰ ਹੋਣਾ ਅਤੇ ਬੈਠਾ ਉਹਦੇ ਵਿੱਚ ਕੋਈ ਬਾਹਰਲੀ ਸਟੇਟ ਦਾ CM ਜਾਂ ਲੀਡਰ ਹੋਣਾ, ਪੰਜਾਬ ਦੇ ਰਿਸੋਰਸ ਨੂੰ ਆਈ ਵਰਤਣਾ। ਤਾਂ ਪੰਜਾਬ ਮੇਰੇ ਹਿਸਾਬ ਨਾਲ, ਮੈਂ ਇੱਕ ਬੜੇ ਇਤਿਹਾਸਕਾਰ ਨੇ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸੀ ਤਾਂ ਜਦੋਂ ਪੰਜਾਬ ਦਾ ਕੋਈ ਪਹਿਲਾ ਗਵਰਨਰ ਬਣਿਆ ਸੀ ਉਹ ਇੱਕ ਰਾਹ ਮੁਸਲਮਾਨ ਸੀ, ਕਬੋ ਮੁਸਲਮਾਨ ਉਹ ਬਣੇ ਸੀ, ਮੈਂ ਉਹਨਾਂ ਦਾ ਨਾਂ ਜੋ ਮਿਸ ਕਰ ਰਿਹਾ। ਤਾਂ ਉਹਨੇ ਬੜਾ ਜ਼ਿਆਦਾ, ਪਹਿਲਾਂ ਪੰਜਾਬ ਦੇ ਗਵਰਨਰ ਮੁਗਲ ਕਾਲ ਸਮੇਂ ਅਫਗਾਨੀ ਹੁੰਦੇ ਸੀ ਜਾਂ ਤੁਰਕ ਹੁੰਦੇ ਸੀ, ਪਰ ਜਦੋਂ ਪੰਜਾਬ ਦਾ ਆਪਦਾ ਇੱਕ ਰਾਹ ਕਬੋ ਜਿਹੜਾ ਮੁਸਲਮਾਨ ਸੀ ਉਹ ਜਦੋਂ ਗਵਰਨਰ ਬਣਿਆ ਤਾਂ ਉਹਨੇ ਸਿੱਖਾਂ ਨਾਲ ਵੀ ਹਾਲਾਤ ਠੀਕ ਕੀਤੇ, ਪੰਜਾਬ ਦੇ ਵਿੱਚ ਥੋੜ੍ਹੀ ਠੱਲ ਵੀ ਪਈ ਜ਼ੁਲਮ। ਤਾਂ ਪੰਜਾਬ ਨੂੰ ਜੇ ਕੋਈ ਇੱਥੇ ਕਾਬੂ ਕਰ ਸਕਦਾ, ਜੋ ਪੰਜਾਬ ਨੂੰ ਸਮਝਾ ਕੇ ਆਪਦੇ ਨਾਲ ਲੜਾ ਸਕਦਾ, ਤਾਂ ਪੰਜਾਬ ਦੇ ਵਿੱਚ ਇੱਕ ਪਾਰਟੀ ਪੰਜਾਬ ਦਾ ਕੋਈ ਬਛਿੰਦਾ ਹੀ ਕਰ ਸਕਦਾ, ਕੋਈ ਬਾਹਰਲੀ ਪਾਰਟੀ ਪੰਜਾਬ ਦੇ ਰਾਜ ਨਹੀਂ ਕਰ ਸਕਦੀ। ਜੇ ਆਪਾਂ ਵੱਡੇ ਪੱਧਰ 'ਤੇ ਜੋ ਗੱਲ ਕਰੀਏ, ਜੇ ਹਿੰਦੁਸਤਾਨ ਦੇ ਵਿੱਚ ਫੈਡਰਲ ਸਟਰਕਚਰ ਨੂੰ ਜਿਉਂਦਾ ਰੱਖਣਾ ਤਾਂ ਹਰੇਕ ਸਟੇਟ ਦੇ ਵਿੱਚ ਉੱਥੇ ਖੇਤਰੀ ਪਾਰਟੀ ਹੋਣੀ ਚਾਹੀਦੀ, ਜਿਵੇਂ ਵੈਸਟ ਬੰਗਾਲ ਦੇ ਵਿੱਚ,
ਜਿਵੇਂ ਕੇਰਲਾ ਦੇ ਵਿੱਚ, ਜਿਵੇਂ ਹੋਰ ਸਟੇਟਾਂ ਨੇ, ਜਿਵੇਂ ਤਮਿਲਨਾਡੂ ਦੇ ਵਿੱਚ, ਕਰਨਾਟਕਾ ਦੇ ਵਿੱਚ, ਤਾਂ ਇੱਕ ਖੇਤਰੀ ਪਾਰਟੀ ਹੀ ਹਿੰਦੁਸਤਾਨ ਦੇ ਵਿੱਚ ਫੈਡਰਲ ਸਟਰਕਚਰ ਨੂੰ ਜਿਉਂਦਾ ਰੱਖ ਸਕਦੀ। ਨੈਸ਼ਨਲ ਪਾਰਟੀਆਂ ਨੇ ਸਟੇਟਾਂ ਨੂੰ ਖਤਮ ਕਰ ਦੇਣਾ, ਸਟੇਟਾਂ ਦੀ ਖੁਦਮੁਖਤਿਆਰੀ ਨੂੰ, ਜਿਵੇਂ ਜੰਮੂ ਕਸ਼ਮੀਰ 'ਚ ਹੋਇਆ ਉਦੋਂ ਤੱਕ ਵੱਸਦਾ ਸੀ ਜਦੋਂ ਉੱਥੋਂ ਦੇ ਲੋਕਾਂ ਦੀ ਉੱਥੇ ਸਰਕਾਰ ਸੀ, ਹੁਣ UT ਬਣਾ ਤਾ। ਤਾਂ ਪੰਜਾਬ ਦੇ ਵਿੱਚ ਵੀ ਫੈਡਰਲ ਸਟਰਕਚਰ ਦੇ ਹੱਕ ਦੇ ਵਿੱਚ, ਪੰਜਾਬ ਦੇ ਹੱਕ ਦੇ ਵਿੱਚ ਇੱਕ ਰੀਜਨਲ ਪਾਰਟੀ ਦੀ ਲੋੜ ਹੈ। ਹਰ ਇੱਕ ਸਿਆਸੀ ਪਾਰਟੀ ਚੋਣ ਪ੍ਰਚਾਰ ਕਰ ਰਹੀ ਹੈ, ਅਸੀਂ ਇਹ ਜਾਣਨਾ ਚਾਹਾਂਗੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ, ਸ਼ੁਰੂਆਤ ਕੀਤੀ ਗਈ ਹੈ, ਹਾਲਾਂਕਿ ਗੁਰਦੁਆਰਿਆਂ ਦੇ ਉਹਨਾਂ ਗੁਰਦੁਆਰਿਆਂ ਸਾਹਿਬ 'ਚ ਮੱਥਾ ਟੇਕ ਰਹੇ, ਉਹਨਾਂ ਦੀ ਵੀਡੀਓਜ਼ ਆ ਰਹੀਆਂ ਨੇ ਚੋਣ ਪ੍ਰਚਾਰ, ਉਹਨਾਂ ਦੀ ਵਾਈਫ ਵੀ ਉਹਨਾਂ ਲਈ ਚੋਣ ਪ੍ਰਚਾਰ ਕਰਨਗੇ। ਦੇਖੋ, ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਇੱਕ ਨਿੱਜੀ ਫੈਸਲਾ ਹੈ, ਉਹਨਾਂ ਦੇ ਕਿਹੜੇ ਪਰਿਵਾਰਕ ਮੈਂਬਰਾਂ ਨੇ ਜੋ ਚੋਣ ਪ੍ਰਚਾਰ ਕਰਨਾ ਹੈ, ਕਿਵੇਂ ਕਿਵੇਂ ਜੋ ਡਿਊਟੀਆਂ ਨੇ, ਸੇਵਾ ਜੋ ਲੈਣੀ ਹੈ, ਤਾਂ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ, ਇਸ 'ਤੇ ਉਹਨਾਂ ਦਾ ਪਰਿਵਾਰ ਹੀ ਬਿਹਤਰ ਦੱਸ ਸਕਦਾ। ਉਹ ਤੁਹਾਡੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਉਹ ਮਿਲ ਕੇ ਵੀ ਆਉਂਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ, ਜੇਕਰ ਤੁਸੀਂ ਨੌਜਵਾਨਾਂ ਨੂੰ ਕੋਈ ਉਹਨਾਂ ਦਾ ਸੁਨੇਹਾ ਦੇਣਾ ਚਾਹੋ? ਦੇਖੋ, ਫਿਲਹਾਲ ਤਾਂ ਮੈਂ ਪੂਰੇ ਪੰਜਾਬ ਦੇ ਬਸ਼ਿੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੋ ਸਫਲ ਕੀਤਾ ਜਾਵੇ ਇਹਨਾਂ ਚੋਣਾਂ ਦੇ ਵਿੱਚ, ਇਹ ਪੂਰੇ ਪੰਜਾਬ ਦੇ ਹੋਂਦ ਦੀ ਗੱਲ, ਇਹ ਤੁਹਾਡੀ, ਜੇ ਤੁਸੀਂ ਅੱਜ ਇਹ ਜਿਹੜਾ ਫਤਵਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਦਿੰਦੇ ਹੋ, ਤਾਂ ਤੁਹਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਦਾ ਨਿਤਾਰਾ ਹੋ ਜਾਵੇ, ਪੰਜਾਬ ਦੇ ਵਿੱਚ ਇੱਕ ਜੋ ਖੇਤਰੀ ਪਾਰਟੀ ਹੈ ਉਸਦਾ ਆਗਾਜ਼ ਹੋ ਜਾਵੇਗਾ, ਜੋ ਇੱਥੇ ਖਲਾਅ ਹੈ ਉਹ ਖਤਮ ਹੋ ਜਾਵੇਗਾ, ਅਤੇ ਪੰਜਾਬ ਦੇ ਸਹੀ ਤਰੀਕੇ ਦੇ ਉੱਨਤੀ ਦੇ ਰਾਹ 'ਤੇ ਆਪਾਂ ਪੈ ਜਾਵਾਂਗੇ। ਤਾਂ ਬੜਾ ਜ਼ਿਆਦਾ ਇੱਕ ਵਾਟਰਸ਼ੈੱਡ ਮੂਵਮੈਂਟ ਹੈ, ਇੱਕ ਬੜੇ ਇਤਿਹਾਸ ਦੇ ਵਿੱਚ ਇੱਕ ਬੜੀ ਵਿਲੱਖਣਤਾ ਵਾਲੀ ਮੂਵਮੈਂਟ ਹੈ। ਤਾਂ ਲੋਕਾਂ ਨੂੰ ਕਹਿਣਾ ਵੀ ਬੜੀ ਸੋਚ ਸਮਝ ਕੇ ਜੋ ਵੋਟ ਪਾਇਓ, ਭਾਈ ਅੰਮ੍ਰਿਤਪਾਲ ਸਿੰਘ ਤੁਹਾਡੀ ਵੋਟ ਦੇ ਹੱਕਦਾਰ ਨੇ। ਇਹ ਜੋ ਪੂਰੇ ਮੈਂ ਕਹੂੰਗਾ ਇੱਕ ਪੰਜਾਬ ਦੇ ਹੱਕ ਦੀ ਵਾਲੀ ਗੱਲ ਹੈ, ਤਾਂ ਪੰਜਾਬ ਦੇ ਲਈ ਵੋਟ ਪਾਇਓ, ਪੰਥ ਦੇ ਲਈ ਵੋਟ ਪਾਇਓ, ਇਹੀ ਮੇਰੀ ਬੇਨਤੀ ਹੈ।